ਤੁਸੀਂ ਦੇਖ ਲਓ ਦਿਹਾੜੀ ਸਾਡੀ ਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਪੰਜਾਬ ਦੇ ਵਾਸਤੇ ਇੱਕ ਬਹੁਤ ਵੱਡੀ ਇੱਕ ਦੁੱਖ ਭਰੀ ਇੱਕ ਖਬਰ ਦਾ ਨਾਂ ਰੂਬਰੂ ਕਰਾਉਣ ਜਾ ਰਹੇ ਹਾਂ। ਮਹਾਨ ਲੇਖਕ ਡਾਕਟਰ ਸੁਰਜੀਤ ਪਾਤਰ ਦਾ ਦੇਰ ਰਾਤ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦਾ ਦੇਹਾਂਤ ਹੋ ਗਿਆ। ਸੋ ਇੱਕ ਬਹੁਤ ਇੱਕ ਮੰਦਭਾਗੀ ਖਬਰ ਲੁਧਿਆਣਾ ਸ਼ਹਿਰ ਤੋਂ ਸਾਨੂੰ ਅਸੀਂ ਰੂਬਰੂ ਕਰਾਉਣ ਜਾ ਰਹੇ ਹਾਂ। ਡਾਕਟਰ ਸੁਰਜੀਤ ਪਾਤਰ ਜੋ ਕਿ ਮਹਾਨ ਇੱਕ ਲੇਖਕ ਸਨ ਅਤੇ ਲੁਧਿਆਣਾ ਤੋਂ ਬਿਲੋਂਗ ਕਰਦੇ ਸੀ, ਤਾਂ ਕੱਲ੍ਹ ਦੇਰ ਰਾਤ ਇੱਕਦਮ ਉਹਨਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਹਨਾਂ ਦੀ ਲੁਧਿਆਣਾ ਹੀ ਮੌਤ ਹੋ ਗਈ। ਸੋ ਮੌਜੂਦਾ ਦੇ ਘਰ ਦੇ ਵਿੱਚ ਗਮਗੀਨ ਦਾ ਮਾਹੌਲ ਹੈ। ਪਰਿਵਾਰਕ ਮੈਂਬਰ ਅਤੇ ਹੋ ਸਕੇ ਸੰਬੰਧੀ ਲੁਧਿਆਣਾ ਦੇ ਆਸ਼ਾਪੁਰੀ ਇਲਾਕਾ ਪੈਂਦਾ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਚੁੱਕੇ ਅਤੇ ਤਸਵੀਰ ਦਿਖਾ ਰਹੇ ਹਾਂ। ਹੁੰਦਾ ਸੀ ਕਿ ਡਾਕਟਰ ਸੁਰਜੀਤ ਪਾਤਰ ਨੂੰ 2012 ਦੇ ਵਿੱਚ ਕੇਂਦਰ ਸਰਕਾਰ ਦੁਆਰਾ ਪਦਮ ਸ਼੍ਰੀ ਅਵਾਰਡ ਨਾਲ ਵੀ ਨਿਵਾਜਿਆ ਗਿਆ ਸੀ। ਦੱਸਦੀ ਕਿ ਬੜਾ ਇੱਕ ਰਸੂਖ ਲੱਗਦੇ ਸੀ, ਸੁਭਾਅ ਦੀ ਗੱਲ ਕੀਤੀ ਅਤੇ ਸੁਭਾਅ ਵੀ ਬੜਾ ਉਹਨਾਂ ਦਾ ਇੱਕ ਇਸ ਤਰ੍ਹਾਂ ਸੁਭਾਅ ਸੀ ਕਿ ਹਰ ਬੰਦਾ ਮਿਲਣ ਸਾਰ ਉਹਨੇ ਇੱਕ ਵਾਰੀ ਮਿਲਦਾ ਸੀ ਤਾਂ ਉਹਨਾਂ ਦਾ ਮੁਰੀਦ ਹੋ ਜਾਂਦਾ ਸੀ। ਸੋ ਇਹੀ ਜਿਹੜੀ ਗੱਲਾਂ ਹੈਗੀਆਂ ਜਿਹੜੀਆਂ ਸੁਰਜੀਤ ਡਾਕਟਰ ਸੁਰਜੀਤ ਪਾਤਰ ਨੂੰ ਹਰ ਸ਼ਖਸ ਵੱਲ ਆਪਣੀਆਂ ਆਕਰਸ਼ਿਤ ਕਰਦੀਆਂ। ਤੋ ਕਿਤੇ ਨਾ ਕਿਤੇ ਇਹ ਹਾਲਾਤ ਹੈ ਘਰ ਇਹਨਾਂ ਦੇ ਅਤੇ ਡਾਕਟਰ ਸੁਰਜੀਤ ਪਾਤਰ ਦੀ ਗੱਲ ਕੀਤੀ ਜਾਂਦੀ ਹੈ 2012 ਦੇ ਵਿੱਚ ਇਹਨਾਂ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ ਸੀ। ਮਹਾਨ ਲੇਖਕ ਹੈ ਡਾਕਟਰ ਸੁਰਜੀਤ ਪਾਤਰ। ਸੁਰਜੀਤ ਪਾਤਰ ਦੱਸਦੇ ਕਿ ਇਹ ਉਹਨਾਂ ਦੀ ਦੱਸਦੇ ਕਿ ਪਰਿਵਾਰਕ ਮੈਂਬਰ ਬੈਠੇ ਆ। ਸੋ ਇਹ ਪਰਿਵਾਰਕ ਸਾਰੇ ਮੈਂਬਰ ਜਿਹੜੇ ਬੈਠੇ ਆ, ਇਹ ਉਹਨਾਂ ਦਾ ਘਰ ਆ ਜਿੱਥੇ ਡਾਕਟਰ ਸੁਰਜੀਤ ਪਾਤਰ ਸੀ। ਤੋ ਗੱਲਬਾਤ ਕਰਦੇ ਬੜੀ ਦੁੱਖ ਵਾਲੀ ਗੱਲ ਹੈ ਡਾਕਟਰ ਸੁਰਜੀਤ ਪਾਤਰ। ਹਾਂਜੀ ਹਾਂਜੀ, ਜਿਹੜਾ ਵੀ ਬੰਦਾ ਮਿਲਦਾ ਸੀ ਉਹਨਾਂ ਨੂੰ ਮੁਰੀਦ ਹੋ ਜਾਂਦਾ ਸੀ। ਕਿਸਾ ਦੇਖ ਦੋ ਸੀ ਸਾਰਾ? ਹਾਂਜੀ, ਮੈਂ ਵੀਰ ਜੀ ਨੂੰ 1992-93 'ਚ ਮਿਲੀ ਸੀ। ਉਦੋਂ ਵੀਰ ਜੀ ਮੈਨੂੰ ਕਹਿੰਦੇ, ਵੀਰ ਜੀ ਨੇ ਮੈਨੂੰ ਨਾ ਮੇਰਾ ਫੋਨ ਨੰਬਰ ਲਿਆ, ਮੈਂ ਵੀਰ ਜੀ ਦਾ ਲਿਆ। ਮੈਂ ਵੀਰ ਜੀ ਨੂੰ ਕਿਹਾ ਮੈਂ ਤੁਹਾਡੇ ਗੱਲ ਕਰਨੀ ਚਾਹੁੰਦੀ ਹਾਂ। ਉਦੋਂ ਮੈਂ ਜਾਣਦੀ ਨਹੀਂ ਸੀ ਵੀਰ ਜੀ ਨੂੰ, ਮੈਨੂੰ ਐਂ ਬਿਠਾ ਲਿਆ ਨਾਲ ਹੀ ਆਪਦੇ ਕਿਸੇ ਦੀ ਬੇਸਮੈਂਟ 'ਚ ਪ੍ਰੋਗਰਾਮ 'ਚ। ਬਸ ਉਦੋਂ ਇੰਨੀਆਂ ਸਾਂਝਾਂ ਬਣੀਆਂ, ਇੰਨੀਆਂ ਸਾਂਝਾਂ ਬਣੀਆਂ ਅਤੇ ਮੈਨੂੰ ਕਈ ਵਾਰੀ ਮੈਂ ਸਟੇਜਾਂ 'ਤੇ ਬੋਲਦੀ ਸੀ ਨਾ ਅਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਮੈਂ ਵੀ ਡਾਕਟਰ ਸੁਰਜੀਤ ਪਾਤਰ ਕਹਿਣਾ। ਮੈਂ ਕਹਿਣਾ ਵੀਰ ਜੀ ਕਹਿੰਦੇ ਹੈ ਨਾ, ਅੱਜ ਵੀਰ ਜੀ ਨੇ ਨਹੀਂ ਆਉਣਾ ਪ੍ਰੋਗਰਾਮ 'ਚ। ਮੈਨੂੰ ਅਗਲੇ ਨੇ ਪੁੱਛ ਲੈਣਾ ਕਿਹਦੀ ਗੱਲ ਕਰਦੇ, ਕਿਹੜੇ ਵੀਰ ਜੀ ਨੇ ਆਉਣਾ। ਮੈਂ ਕਹਿਣਾ ਵੀਰ ਜੀ, ਮੇਰੇ ਵੀਰ ਜੀ, ਹੈ ਨਾ। ਫਿਰ ਤਾਂ ਹੁਣ ਤਾਂ ਲੋਕਾਂ ਨੂੰ ਪਤਾ ਸੀ ਵੀ ਇਹ ਕਿਹਨੂੰ ਕਹਿੰਦੇ ਆ ਵੀਰ ਜੀ। ਤੁਸੀਂ ਉਸ ਟਾਈਮ ਸਟੇਜ 'ਤੇ ਬੋਲਦੇ ਸੀ ਵੀ ਮੇਰੇ ਵੀਰ ਜੀ ਨੇ ਆਉਣਾ, ਕੀ ਹੁਣ ਅੱਜ ਕਿੱਦਾਂ ਇੰਤਜ਼ਾਰ? ਉਹਨੇ ਬਹੁਤ ਵਾਰੀ ਲੋਕ ਉਹਨਾਂ ਨੂੰ ਉੱਥੇ ਬਾਹਰ ਵੀ ਸੱਦੇ ਰਹਿੰਦੇ ਸੀਗੇ। ਉਹਨਾਂ ਦੀ ਸਿਹਤ ਜੇ ਦੇਖ ਕੇ ਨਾ ਮੈਂ ਆਪਣੇ ਵੱਲੋਂ ਹੀ ਜਵਾਬ ਦੇ ਦਿੰਦੀ ਸੀ, ਨਹੀਂ ਵੀ ਵੀਰ ਜੀ ਦੀ ਸਿਹਤ ਠੀਕ ਨਹੀਂ ਗੀ। ਅਤੇ ਮੈਂ ਫਿਰ ਵੀਰ ਜੀ ਨੂੰ ਦੱਸ ਦੇਣਾ, ਵੀਰ ਜੀ ਮੈਂ ਜਵਾਬ ਦਿੱਤਾ। ਵੀਰ ਜੀ ਕਹਿੰਦੇ ਸੀ ਚਲ ਚੰਗਾ ਕੀਤਾ। ਹੁਣ ਮੈਂ ਵੀਰ ਜੀ ਤੁਸੀਂ ਨਾ ਜਾਇਆ ਕਰੋ, ਬਹੁਤਾ ਨਾ ਜਾਇਆ ਕਰੋ। ਵੀਰ ਜੀ ਕਹਿੰਦੇ ਸੀ ਹਾਂ ਹੁਣ ਮੈਂ ਘੱਟ ਜਾਂਦਾ। ਅਤੇ ਅੱਜ ਤਾਂ ਮੈਨੂੰ ਐਂ ਲੱਗਦਾ ਵੀ ਕੋਈ ਮੈਨੂੰ ਪੁੱਛਦਾ ਸੀ ਨਾ ਵੀ ਤੇਰੇ ਕਿੰਨੇ ਭਰਾ, ਅਤੇ ਮੈਂ ਅੱਗੋਂ ਕਹਿੰਦੀ ਮੈਂ ਗੁੱਸੇ 'ਚ ਆ ਜਾਣਾ, ਤੁਹਾਨੂੰ ਪਤਾ ਤਾਂ ਹੈਗਾ ਇੱਕੋ ਹੀ ਆ, ਇੱਕੋ ਹੀ ਸੀ ਮੇਰਾ। ਇਹ ਤਾਂ ਕਈ ਸਵਾਲ ਆ, ਉਹ ਤਾਂ ਰਹਿਣਾ ਹੀ ਆ। ਮੇਰਾ ਵੀਰ ਜੀ ਸੀ, ਮੈਨੂੰ ਕੁਛ ਨਹੀਂ ਪਤਾ ਉਹ ਕੀ ਸੀ, ਉਹਨੂੰ ਕੁਛ ਜਿੰਨੇ ਮਰਜ਼ੀ ਵਿਸ਼ੇਸ਼ਣ ਲਾਈ ਜਾਓ, ਪਰ ਮੇਰੇ ਲਈ ਮੇਰਾ ਵੀਰ ਜੀ ਸੀ। ਵੀਰ ਜੀ ਜਾਣੀ ਦੇਖ ਨਾ ਮੇਰਾ ਆਈ ਪੱਕ ਜੇ ਗਿਆ ਸੀ, ਵੀਰ ਜੀ ਵੀਰ ਜੀ ਵੀਰ ਜੀ। ਮੈਂ ਇੱਕ ਗੱਲ ਕਹਿੰਦੀ ਕਿੰਨੀ ਵਾਰੀ ਵੀਰ ਜੀ ਹੋ ਜਾਂਦਾ ਸੀ।
ਅਤੇ ਭਾਬੀ ਕਈ ਵਾਰੀ ਹੱਸਦੀ ਹੁੰਦੀ ਸੀ, ਤੂੰ ਗੱਲ ਥੋੜ੍ਹੀ ਕਰਦੀ ਆ, ਵੀਰ ਜੀ ਬੜਾ ਕਹੀ ਜਾਂਦੀ ਆ। ਹੁਣ ਇੰਤਜ਼ਾਰ ਰਹੂਗਾ ਜ਼ਿੰਦਗੀ ਭਰ, ਬਿਲਕੁਲ। ਮੈਂ ਕਦੇ ਉਹਨਾਂ ਨੂੰ ਜਦੋਂ ਰੱਖੜੀ ਆਉਂਦੀ ਸੀਗੀ ਅਤੇ ਮੈਂ ਵੀਰ ਜੀ ਕਹਿੰਦੇ ਹੁੰਦੇ ਸ਼ਬਦਾਂ ਦੀ ਰੱਖੜੀ ਵਧੀਆ ਹੁੰਦੀ ਆ ਸੁਰੇਨ, ਮੈਂ ਵੀਰ ਜੀ ਦੀ ਪਿਕਚਰ ਜੀ ਲਾ ਕੇ ਕੁਛ ਨਹੀਂ ਸੀ ਲਿਖਦੀ ਹੁੰਦੀ, ਥੱਲੇ ਮੈਂ ਲਿਖ ਦੇਣਾ ਮੇਰੇ ਵੀਰ ਜੀ, ਉਹਦੇ 'ਚ ਹੀ ਕਹਿੰਦੇ ਸੀ ਵੈਰੀ ਗੁੱਡ, ਪ੍ਰਾਊਡ ਆਫ ਯੂ ਮਾਈ ਸਿਸਟਰ, ਅੱਛਾ ਮੈਨੂੰ ਕਹਿ ਦੇਣਾ, ਮੇਰੇ ਲਈ ਬਹੁਤ ਕੁਛ। ਔਰ 2 ਕੁ ਦਿਨ ਪਹਿਲਾਂ ਹੀ ਮੈਨੂੰ ਕਹਿ ਕੇ ਹਟਿਆ, ਆਈ ਐਮ ਪ੍ਰਾਊਡ ਆਫ ਯੂ, ਯੂ ਆਰ ਮਾਈ ਬਰੇਵ ਸਿਸਟਰ। ਮੈਂ ਕਿਹਾ ਸੱਚੀ ਯੂ ਆਰ ਪ੍ਰਾਊਡ ਆਫ ਮੀ। ਜਿਹਨੂੰ ਇੱਕ ਵਾਰ ਮਿਲਦੇ ਸੀ ਹਰ ਸ਼ਖਸ ਉਸਦਾ ਮੁਰੀਦ ਹੋ ਜਾਂਦੇ ਸੀ ਡਾਕਟਰ ਸੁਜੀਤ ਪਾਤਰ ਦੇ, ਕਿ ਉਹਨਾਂ ਦਾ ਲਹਿਜ਼ਾ ਬੋਲਣ ਦਾ ਜਾਂ ਉਹਨਾਂ ਦਾ ਮਿਲਵਰਤਨ ਲੋਕਾਂ ਦਾ ਬਿਲਕੁਲ ਸਿਸ਼ਟਾਚਾਰ ਨਹੀਂ ਸੀ। ਉਹ ਕਿਸੇ ਦੇ ਨਾਲ ਉਹ ਵੈਰ ਵਿਰੋਧ ਜਿਹਾ ਨਹੀਂ ਸੀ ਰੱਖਦੇ ਗਏ ਕਿਸੇ ਦੇ ਨਾਲ ਵੀ ਨਹੀਂ। ਬੜੀ ਬਹੁਤ ਡੂੰਘੀਆਂ ਗੱਲਾਂ ਹੋਈਆਂ ਲੋਕਾਂ ਬਾਰੇ ਵੀ ਸੀ, ਕਈ ਵਾਰੀ ਕਰਨਾ ਅਤੇ ਮੈਨੂੰ ਵੀ ਚੁੱਪ ਕਰੇ, ਨਹੀਂ ਨਹੀਂ ਸੁਰੇਨ ਇਹ ਇੱਦਾਂ ਨਹੀਂ ਗੱਲ, ਇਵੇਂ ਨਹੀਂ ਹੁੰਦੀ ਗੀ, ਇਸ ਤਰ੍ਹਾਂ ਨਹੀਂ ਗੱਲ ਹੁੰਦੀ। ਮੈਂ ਕਿਹਾ ਹਾਂ ਵੀਰ ਜੀ, ਮੇਰੀ ਵੀਜਣ ਦੀ ਵੀ ਧੋ ਜੀ ਦਿੰਦੇ ਸੀ ਮੈਰਿਜ ਮੰਨ ਕਹਿ ਕੇ ਬੁਲਾਉਂਦੇ ਸੀ, ਮੈਨੂੰ ਕਈ ਕੁਛ ਕਹਿ ਕੇ ਬੁਲਾਉਂਦੇ ਹੁੰਦੇ ਸੀ। ਕਈ ਵਾਰੀ ਕਹਿੰਦੇ ਮੇਰੀ ਲੜਾਕੀ ਭੈਣ, ਸਟੇਜਾਂ 'ਤੇ ਵੀ ਕਹਿ ਦਿੰਦੇ ਸੀ ਮੇਰੀ ਭੈਣ ਬਹੁਤ ਪਿਆਰੀ ਆ, ਭੁਪਿੰਦਰ ਦੀ ਪਿਆਰੀ ਨਨਾਣਾ, ਮੇਰੀ ਛੋਟੀ ਭੈਣ ਆ ਪਰ ਲੜਾਕੀ ਆ, ਕਿਉਂਕਿ ਸਾਡੀ ਚੱਲਦੀ ਰਹਿੰਦੀ ਸੀ ਉਹ ਚੰਡੀਗੜ੍ਹ ਜਿਵੇਂ ਕਲਾ ਪ੍ਰੀਸ਼ਦ 'ਚ। ਮੈਂ ਕਿਹਾ ਤਾਂ ਉਹ ਵੀਰ ਜੀ ਤਾਂ ਅੱਜ ਕੱਲ੍ਹ ਮੇਰੀ ਕਵਿਤਾ ਨਹੀਂ ਪੜ੍ਹਦੇ, ਇਹਨਾਂ ਨੂੰ ਨਹੀਂ ਪਤਾ ਵੀ ਮੈਂ ਕੀ ਲਿਖਦੀ ਹਾਂ, ਅਤੇ ਫਿਰ ਉਹਦਾ ਜਵਾਬ ਦਿੱਤੇ। ਇਹ ਸਾਡੀ ਨੋਕੀ ਧੋਕ ਦੀ ਚੱਲਦੀ ਰਹਿੰਦੀ ਹੁੰਦੀ ਸੀਗੀ, ਬਹੁਤਾ ਮੈਨੂੰ ਸੁਰੇਨ ਕਹਿੰਦੇ ਸੀ, ਸੁਰੇਨ ਸੁਰੇਨ ਸੁਰਿੰਦਰ ਤੋਂ ਸੁਰੇਨ ਬਣਾਇਆ ਹੋਇਆ ਸੀ ਉਹਦਾ, ਸੁਰੇਨ ਕਹਿੰਦੇ ਸੀ। 2012 ਦੇ ਵਿੱਚ ਜਦੋਂ ਉਹਨਾਂ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ ਸੀ, ਤੁਹਾਨੂੰ ਫੋਨ ਕੀਤਾ, ਉਹਨਾਂ ਨੇ ਦੱਸਿਆ ਕੁਛ? ਹਾਂ ਹਾਂ, ਬਹੁਤ ਗੱਲਾਂ ਹੋਈਆਂ ਵੀਰ ਜੀ, ਹੈ ਨਾ। ਵੀਰ ਜੀ ਕਹਿੰਦੇ ਆਈ, ਮੈਨੂੰ ਪਤਾ ਹੁਣ ਤੂੰ, ਮੈਂ ਕੰਮ ਤੋਂ ਸੀ ਆਪਦੇ ਆਫਿਸ 'ਚੋਂ ਫੋਨ ਕੀਤਾ, ਇੱਥੇ ਉੱਥੇ ਦਿਨ ਸੀ, ਇੱਥੇ ਸ਼ਾਮ ਜੀ ਸੀ, ਅਤੇ ਮੈਂ ਕਿਹਾ ਵੀਰ ਜੀ ਹੁਣ ਫਿਰ ਪਦਮ ਸ਼੍ਰੀ, ਇਸ ਤੋਂ ਬਾਅਦ ਆਪਾਂ ਫਿਰ ਕਿਵੇਂ ਕਰਨਾ? ਇਸ ਤੋਂ ਬਾਅਦ ਵੀਰ ਜੀ ਨੇ ਮੈਨੂੰ ਇਹ ਜਵਾਬ ਦਿੱਤਾ ਸੀ, ਨਹੀਂ ਆਪਾਂ ਇਨਾਮਾਂ ਲਈ ਥੋੜ੍ਹੀ ਲਿਖਦੇ ਹਾਂ। ਮੈਂ ਕਿਹਾ ਵੀਰ ਜੀ ਇਸ ਤੋਂ ਬਾਅਦ ਕਿਹੜਾ ਨਾਮ ਲੈਣਾ? ਵੀਰ ਜੀ ਕਹਿੰਦੇ ਨਹੀਂ ਨਹੀਂ ਆਪਾਂ ਇਨਾਮਾਂ ਲਈ ਥੋੜ੍ਹੀ ਲਿਖਦੇ ਹਾਂ, ਆਪਾਂ ਤਾਂ ਲਿਖਦੇ ਹਾਂ। ਇਹ ਗੱਲ ਮੈਨੂੰ ਵੀਰ ਜੀ ਨੇ ਕਹੀ ਸੀ, ਜੋ ਮੈਰੀ ਨਾ ਉਹ ਹਮੇਸ਼ਾ ਦਿਮਾਗ ਦੇ ਵਿੱਚ ਗੂੰਜਦੀ ਰਹਿੰਦੀ ਆ, ਮਾਂ ਬੋਲੀ ਨੂੰ ਪਿਆਰ ਕੀਤਾ। ਹਾਂ, ਮਾਂ ਬੋਲੀ ਨੂੰ ਪਿਆਰ ਕੀਤਾ, ਪੰਜਾਬੀ ਸਾਹਿਤ ਦੀ ਮਿਸ਼ਨ ਆਨ ਅਰਬਾਨ ਸ਼ਾਨ ਪੂਰੀ ਰੱਖੀ ਫਾਦਰ ਸਾਹਿਬ ਨੇ। ਬਿਲਕੁਲ ਬਿਲਕੁਲ, ਮੈਂ ਤਾਂ ਬੱਚਿਆਂ ਵਾਂਗੂ ਉੱਦਾਂ ਹੀ ਪੁੱਛ ਲਿਆ ਨਾ, ਵੀਰ ਜੀ ਇਸ ਤੋਂ ਬਾਅਦ ਕਿਹੜਾ ਨਾਮ ਲੈਣਾ, ਹੈ ਨਾ? ਅਤੇ ਵੀਰ ਜੀ ਕਹਿੰਦੇ ਆਪਾਂ ਨਾਮਾਂ ਲਈ ਥੋੜ੍ਹੀ ਲਿਖਦੇ ਹਾਂ, ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਸੀ। ਕਿੱਸਾ ਦੇਖਦਾ ਹੁਣ ਉਹ ਭਰਾ, ਉਹ ਕਲਾਈ, ਅੱਜ ਹੱਥ ਯਾਦ ਰਹੂਗੀ। ਪਰ ਨਹੀਂ, ਮੇਰੀ ਭਾਬੀ ਹੈਗੀ ਆ, ਮੇਰੀ ਭਾਬੀ ਹੈਗੀ ਆ, ਬਹੁਤ ਪਿਆਰੀ ਆ। ਮੈਂ ਤਾਂ ਹੁਣੇ ਅੱਖਾਂ ਦਾ ਆਪਰੇਸ਼ਨ ਕਰਾ ਕੇ ਗਿਆ, ਮੈਨੂੰ ਪਤਾ ਭਾਬੀ, ਮੈਂ ਕਿਤੇ ਕਹਿੰਦੀ ਸੀ ਮੈਂ ਤਾਂ ਚੰਡੀਗੜ੍ਹੋਂ ਕਰਵਾ ਲੈਂਦੀ ਹਾਂ ਆਪਰੇਸ਼ਨ, ਅਤੇ ਭਾਬੀ ਨੇ ਫੋਨ ਚੱਕਿਆ, ਮੈਂ ਭਾਬੀ ਜੀ ਅੱਖਾਂ ਦਾ ਆਪਰੇਸ਼ਨ ਕਰਵਾਉਣਾ, ਕਹਿੰਦੀ ਕਿੱਥੋਂ? ਮੈਂ ਕਿਹਾ ਚੰਡੀਗੜ੍ਹੋਂ ਕਰਾਵਾਂ ਜਾਂ ਅੰਮ੍ਰਿਤਸਰੋਂ ਕਰਾਵਾਂ? ਭਾਬੀ ਮੇਰੇ ਮਗਰ ਪੈ ਗਈ, ਕਹਿੰਦੀ ਤੈਨੂੰ ਸ਼ਰਮ ਨਹੀਂ ਆਉਂਦੀ ਗੀ ਮੇਰੇ ਹੁੰਦਿਆਂ ਤੂੰ ਕਿਤੇ ਹੋਰ ਆਪਰੇਸ਼ਨ ਕਰਾਵੇਂਗੀ? ਮੈਂ ਕਿਹਾ ਭਾਬੀ ਜੀ ਤੁਹਾਨੂੰ ਮੈਂ ਬਹੁਤ ਦੁੱਖ ਦਿੰਦੀ, ਮੈਂ ਕੰਮ ਤਾਂ ਕਰਵਾਉਂਦੀ ਨਹੀਂ ਤੁਹਾਡੇ ਨਾਲ। ਭਾਬੀ ਜੀ ਕਹਿੰਦੇ ਅਤੇ ਭਾਬੀਆਂ ਕਾਹਦੇ ਵਾਸਤੇ ਹੁੰਦੀਆਂ? ਚੁੱਪ ਕਰਕੇ ਆ ਜਾ ਇੱਥੇ, ਮੈਨੂੰ ਝਟਕਾ ਮਿਲ ਗਿਆ। ਸੋ ਡਾਕਟਰ ਸੁਰਜੀਤ ਪਾਤਰ ਦੇ ਸਿਸਟਰ ਸੁਰਿੰਦਰ ਕੌਰ ਜੀ ਦਾ ਸੀ ਕਿ ਉਹ ਕੁਛ ਬੀਤੇ ਜਿਹੜੇ ਲੰਮੇ ਉਹਨਾਂ ਨੇ ਸਾਂਝੇ ਕੀਤੇ ਆ। ਸੁਰਿੰਦਰ ਸੁਰੇਨ ਨਾਮ ਕਰਕੇ ਪੁਕਾਰਦੇ ਸੀ ਡਾਕਟਰ ਸੁਰਜੀਤ ਪਾਤਰ ਆਪਣੇ ਸਿਸਟਰ ਸੁਰਿੰਦਰ ਕੌਰ ਜੀ ਨੂੰ, ਤਾਂ ਸਿਰਫ ਯਾਦਾਂ ਰਹਿ ਗਈਆਂ। ਔਰ ਇੱਕ ਗੱਲ ਉਹਨਾਂ ਨੇ ਦੱਸੀ ਹੈ, ਉਹਨਾਂ ਨੇ ਇੱਕ
ਗੱਲ ਹਮੇਸ਼ਾ ਸਾਂਝ ਕੀਤੀ ਇਹਨਾਂ ਨੇ, ਭੈਣ ਨੇ ਵੀ ਜਿਹੜਾ ਰੱਖੜੀ ਬੰਨ੍ਹਦੇ ਸੀ ਅਤੇ ਇੱਕ ਵਰਡ ਲਿਖਦੇ ਸੀ ਤਾਂ ਹਮੇਸ਼ਾ ਕਰਦੇ ਸੀ ਇੱਕ ਗੱਲ, ਬਾਅਦ 'ਚ ਜਦੋਂ ਰੱਖੜੀ ਬੰਨ੍ਹਦੇ ਸੀ ਗੱਲ ਲਿਖੀ ਜਾਂਦੀ ਸੀ, ਆਈ ਰੀਅਲੀ ਬਰੇਵ ਆਫ ਯੂ ਮਾਈ ਸਿਸਟਰ। ਤਾਂ ਇਹ ਕੁਛ ਜਿਹੜੇ ਪਲ ਡਾਕਟਰ ਸੁਰਜੀਤ ਪਾਤਰ ਦੇ ਜਦੋਂ ਆਪਣੀ ਭੈਣ ਨਾਲ ਵਾਰਤਾਲਾਪ ਹੁੰਦੀ ਸੀ, ਤਾਂ ਹੁਣ ਸਿਰਫ ਇਹ ਯਾਦਾਂ ਹੀ ਰਹਿ ਗਈਆਂ ਡਾਕਟਰ ਸੁਰਜੀਤ ਪਾਤਰ ਦੀਆਂ। ਇੱਕ ਮਾਨ ਮੰਤਰੀ ਜਿਹੜਾ ਪੁੱਤ ਪੰਜਾਬ ਦਾ ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ, ਲੇਕਿਨ ਪਦਮ ਸ਼੍ਰੀ ਨਾਲ 2012 ਦੇ ਵਿੱਚ ਜਿਹੜਾ ਕੇਂਦਰ ਸਰਕਾਰ ਨਾਲ ਨਵਾਜਿਆ ਗਿਆ ਸੀ, ਤਾਂ ਇੱਕ ਮਾਨ ਹੈ ਕੇਂਦਰ ਸਰਕਾਰ ਦੇ ਨਾਲ ਜਿਹੜਾ ਨਵਾਜਿਆ ਗਿਆ ਸੀ ਉਹਨਾਂ ਨੂੰ, ਤਾਂ ਉਹ ਜਿਹੜਾ ਉਹਨਾਂ ਨੂੰ ਜਿਹੜਾ ਅਵਾਰਡ ਮਿਲ ਗਿਆ ਸੀ, ਤਾਂ ਉਹ ਪਲ ਆਪਣੀ ਭੈਣ ਨਾਲ ਸਾਂਝੇ ਕੀਤੇ ਆ। ਲੇਕਿਨ ਫਿਰ ਵੀ ਡਾਕਟਰ ਸੁਰਜੀਤ ਪਾਤਰ ਦੀ ਜਿਹੜੀਆਂ ਯਾਦਾਂ ਹਨ ਸਿਰਫ ਯਾਦਾਂ ਰਹਿ ਗਈਆਂ। ਤੁਹਾਨੂੰ ਦੱਸ ਦੇ ਕਿ ਸਵਰਗੀ ਸੁਰਜੀਤ ਪਾਤਰ ਜਲੰਧਰ ਦੇ ਹੀ ਸੁਰਜੀਤ ਕਲਾਂ ਯਾਨੀ ਪਾਤਰ ਕਲਾਂ ਦੇ ਰਹਿਣ ਵਾਲੇ ਸੀ, ਔਰ 1949 ਦੇ ਵਿੱਚ ਜਨਮ ਹੋਇਆ ਸੀ। 79 ਸਾਲ ਦੇ ਜਿਹੜੇ ਸੁਰਜੀਤ ਪਾਤਰ, ਇਹ ਉਹਨਾਂ ਦੀ ਉਪਲਬਧੀਆਂ ਤੁਸੀਂ ਸਾਹਮਣੇ ਦੇਖ ਸਕਦੇ ਹੋ, ਜਿਹੜੇ ਸਨਮਾਨ ਮਿਲਦਾ ਸੀ, ਚਾਹੇ ਉਹ ਵਾਰਿਸ ਸ਼ਾਹ ਸਨਮਾਨ ਹੈ 2022 ਦੀ ਗੱਲ ਕੀਤੀ, ਪਿੱਛੇ ਹੀ ਮਿਲਿਆ ਸੀ ਉਹਨਾਂ ਨੂੰ। ਔਰ ਇਹ ਕੁਛ ਉਹਨਾਂ ਦੇ ਉਪਲਬਧੀਆਂ ਦੇ ਮੋਮੈਂਟਸ ਹੈਗੇ ਜਿਹੜੇ ਉਹਨਾਂ ਨੂੰ ਹਮੇਸ਼ਾ ਹੀ ਤਕਰੀਬਨ ਅਕਸਰ ਹੀ ਮਿਲ ਜਾਂਦੇ ਸੀ ਉਹਨਾਂ ਨੂੰ। ਔਰ ਤੁਹਾਨੂੰ ਦੱਸ ਦਈਏ ਕਿ 1979 ਤੋਂ ਲੈ ਕੇ ਪੰਜਾਬ ਸਾਹਿਤ ਅਕੈਡਮੀ ਪੁਰਸਕਾਰ, 1993 ਵਿੱਚ ਸਾਹਿਬ ਅਕਾਦਮੀ ਪੁਰਸਕਾਰ, ਅਤੇ 1999 ਦੇ ਵਿੱਚ ਡਾਕਟਰ ਸੁਰਜੀਤ ਪਾਤਰ ਨੂੰ ਜਿਹੜੇ ਪੰਚਾਨੰਦ ਪੁਰਸਕਾਰ, 2007 ਦੇ ਵਿੱਚ ਆਨੰਦ ਕਾਵਿ ਸਨਮਾਨ, 2009 ਦੇ ਵਿੱਚ ਸਰਸਵਤੀ ਸਨਮਾਨ, ਅਤੇ ਹੋਰ ਗੰਗਾਧਰ ਰਾਸ਼ਟਰੀ ਕਵਿਤਾ ਪੁਰਸਕਾਰ ਵੀ ਨਾਮ ਹੀ ਇਹਨਾਂ ਨੂੰ ਸਨਮਾਨ ਕੀਤਾ ਗਿਆ ਸੀ। ਤਾਂ ਕੁਛ ਯਾਦਾਂ ਰਹਿ ਗਈਆਂ ਸੁਰਜੀਤ ਪਾਤਰ ਦੀਆਂ, ਅੱਜ ਸਿਰਫ ਹੁਣ ਯਾਦਾਂ ਹੀ ਰਹਿ ਗਈਆਂ। ਇਹ ਮਹਾਨ ਜਿਹੜੇ ਲੇਖਕ ਹੈ ਸੁਰਜੀਤ ਪਾਤਰ ਦੇ, ਇਹ ਉਹਨਾਂ ਦਾ ਇਹ ਉਹ ਟੇਬਲ ਹੈ ਜਿੱਥੇ ਬੈਠ ਕੇ ਉਹ ਅਕਸਰ ਆਪਣੀਆਂ ਰਚਨਾਵਾਂ ਲਿਖਦੇ ਸਨ। ਸਿਰਫ ਹੁਣ ਕੁਰਸੀ ਰਹਿ ਗਈ ਹੈ, ਕੁਰਸੀ ਰਹਿ ਗਈ ਹੈ, ਅਤੇ ਹਮੇਸ਼ਾ ਇਕੱਲੇਪਨ ਦੇ ਵਿੱਚੋਂ ਲਿਖਦੇ ਸੀ ਤਾਂ ਕਿ ਕਿਸੇ ਨੂੰ ਉਹਨਾਂ ਨੂੰ ਕੋਈ ਡਿਸਟਰਬ ਨਾ ਕੀਤਾ ਜਾਵੇ। ਸਿਰਫ ਯਾਦਾਂ ਰਹੀਆਂ ਡਾਕਟਰ ਸੁਰਜੀਤ ਪਾਤਰ ਦੀਆਂ, ਇਹ ਉਹ ਸਾਹਮਣੇ ਦੇਖ ਸਕਦੇ ਹੋ ਜਿਹੜੀ ਉਹ ਹੱਥ ਦੇ ਵਿੱਚ ਘੜੀ ਬੰਨ੍ਹਦੇ ਸੀ, ਬਿਲਕੁਲ ਸਾਹਮਣੇ ਘੜੀ ਵੀ ਆ, ਬਕਾਇਦਾ ਟਾਈਮ ਹੁੰਦਾ ਸੀ ਉਹਨਾਂ ਦਾ ਲਿਖਣ ਦਾ ਇੱਕ। ਸਿਰਫ ਇਹ ਹੁਣ ਕੁਛ ਪਲ ਯਾਦਾਂ ਦੇ ਰਹਿ ਗਏ, ਘੜੀ ਚੱਲਦੀ ਪਈ ਹੈ, ਲੇਕਿਨ ਡਾਕਟਰ ਸੁਰਜੀਤ ਪਾਤਰ ਇਸ ਟਾਈਮ ਬਿਲਕੁਲ ਉਹਨਾਂ ਦੀ ਜਿਹੜੀ ਜੀਵਨ ਦੀ ਜਿਹੜੀ ਘੜੀ ਹੈ ਉਹ ਬਿਲਕੁਲ ਹੁਣ ਰੁਕ ਗਈ ਹੈ, ਸਮਾਂ ਰੁਕ ਗਿਆ। ਡਾਕਟਰ ਸੁਰਜੀਤ ਪਾਤਰ ਦੱਸਦੇ ਕਿ ਕਾਫੀ ਅਵਾਰਡ ਨਾਲ ਸਨਮਾਨ ਕੀਤਾ ਗਿਆ ਸੀ, ਸਟੇਟ ਅਵਾਰਡ ਮਿਲ ਚੁੱਕੇ ਸੀ, ਇਸ ਤੋਂ ਇਲਾਵਾ ਕਾਫੀ ਇਸ ਤਰ੍ਹਾਂ ਦੇ ਉਹਨਾਂ ਨੂੰ ਮਾਨ ਸਨਮਾਨ ਹਾਸਲ ਸੀ। ਅਕਸਰ ਜਿੱਥੇ ਵੀ ਜਾਂਦੇ ਸੀ, ਚਾਹੇ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਂਦਾ ਸੀ, ਉਹ ਪ੍ਰੋਫੈਸਰ ਵੀ ਰਹੇ ਆ, ਅਕਸਰ ਹੀ ਜਦੋਂ ਡਾਕਟਰ ਸੁਰਜੀਤ ਪਾਤਰ ਦਾ ਨਾਮ ਆਉਂਦਾ ਸੀ ਤਾਂ ਜਿਹੜੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਹੁੰਦੀਆਂ ਸਨ, ਅਤੇ ਉਹ ਵੀ ਉਹਨਾਂ ਦੇ ਆਦਰ ਸਨਮਾਨ ਦੇ ਵਿੱਚ ਸਟੈਂਡ ਹੋ ਕੇ, ਯਾਨੀ ਉਹ ਉਹਨਾਂ ਨੂੰ ਬਿਲਕੁਲ ਮਾਨ ਸਨਮਾਨ ਦਿੰਦੇ ਸੀ, ਤਾਲੀਆਂ ਵਜਾਉਂਦੇ ਸੀ। ਇਹੀ ਉਹਨਾਂ ਦੀ ਖਾਸੀਅਤ ਸੀ, ਜਿਸ ਨੂੰ ਇੱਕ ਵਾਰੀ ਵੀ ਉਹ ਸੁਰਜੀਤ ਡਾਕਟਰ ਸੁਰਜੀਤ ਪਾਤਰ ਮਿਲ ਲੈਂਦੇ ਸੀ
ਤਾਂ ਹਰ ਸ਼ਖਸ ਉਹਨਾਂ ਦਾ ਮੁਰੀਦ ਹੋ ਜਾਂਦਾ ਸੀ। ਇਹਨਾਂ ਦਾ ਉਹਨਾਂ ਆਚਰਣ ਵਿਵਹਾਰ ਇੰਨਾ ਅੱਛਾ ਹੁੰਦਾ ਸੀ। ਤਾਂ ਅੱਜ ਡਾਕਟਰ ਸੁਰਜੀਤ ਪਾਤਰ ਇਸ ਦੁਨੀਆ 'ਚ ਨਹੀਂ ਹੈ। ਤਕਰੀਬਨ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਲੁਧਿਆਣਾ ਵਿੱਚ ਦਿਲ ਦਾ ਦੌਰਾ ਪੈਣਾ ਉਹਨਾਂ ਦਾ ਦੇਹਾਂਤ ਹੋ ਗਿਆ। ਸੋ ਅੱਜ ਉਹਨਾਂ ਦਾ ਸੰਸਕਾਰ ਵੀ ਕੀਤਾ ਜਾਏਗਾ। ਸੋ ਡਾਕਟਰ ਸੁਰਜੀਤ ਪਾਤਰ ਦਾ 79 ਸਾਲ ਦੇ ਵਿੱਚ ਲੁਧਿਆਣਾ ਵਿਖੇ ਦਿਲ ਦਾ ਦੌਰਾ ਪੈਣਾ ਦੇਹਾਂਤ ਹੋ ਗਿਆ। ਕੈਮਰਾਮੈਨ ਬੋਬੀ ਨਾਲ ਸੰਦੀਪ ਸ਼ਰਮਾ, ਡੈਨੀਸਾ ਟੀਵੀ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।